ਇਹ ਜੀ ਵਿਚਾਰ ਚਰਚਾ ਹੋਈ ਹੈ। ਵਾਹਿਗੁਰੂ ਜੀ ਕਾ ਖਾਲਸਾ ਜੀ ਕੀ ਫਤਿਹ। ਦਾਸ ਸਮੁੱਚੇ ਨਿਹੰਗ ਸਿੰਘ ਦਲਾਂ ਪੰਥਾਂ ਵੱਲੋਂ ਸਿੰਘ ਸਾਹਿਬ ਜਹੇਦਾਰ ਬਾਬਾ ਬਲਵੀਰ ਸਿੰਘ ਜੀ ਮੁਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਉਹਨਾਂ ਦੇ ਵੱਲੋਂ ਨੁਮਾਇੰਦਾ ਬਣ ਕੇ ਸਿੰਘ ਸਾਹਿਬਾਨ ਜੀ ਨਾਲ ਮੁਲਾਕਾਤ ਕਰਨ ਵਾਸਤੇ ਆਏ ਹਾਂ। ਜੋ ਬਾਬਾ ਜੀ ਨੇ ਹੁਕਮ ਕੀਤਾ ਸੀ ਵੀ ਸਾਰੇ ਦਲਾਂ ਪੰਥਾਂ ਵੱਲੋਂ ਸਿੰਘ ਸਾਹਿਬ ਜੀ ਨਾਲ ਜਾ ਕੇ ਮੁਲਾਕਾਤ ਕਰਕੇ ਉਹਨਾਂ ਨੂੰ ਇਹ ਬਚਨ ਕੀਤੇ ਜਾਣ ਕਿ ਤੁਸੀਂ ਜਿਹੜੀ ਤੁਹਾਡੀ ਸੇਵਾ ਲੱਗੀ ਹੋਈ ਹੈ ਉਹ ਸੇਵਾ ਕਰਦੇ ਰਹੋ। ਜਿੱਥੇ ਕਿਤੇ ਦਿੱਕਤ ਆਉਂਦੀ ਹੈ ਸਮੁੱਚਾ ਨਿਹੰਗ ਸਿੰਘਾਂ ਦੇ ਦਲਾਂ ਪੰਥਾਂ ਦਾ ਪੰਥ ਇਹਨਾਂ ਦੇ ਨਾਲ ਖੜਾ ਵਾ ਅਤੇ ਅਸੀਂ ਤਗੜੇ ਹੋ ਕੇ ਇਹਨਾਂ ਦੇ ਨਾਲ ਜਿੱਥੇ ਵੀ ਸਾਡੇ ਸਹਿਯੋਗ ਦੀ ਲੋੜ ਹੋਊਗੀ ਕਰਾਂਗੇ। ਬਾਬਾ ਜੀ ਵਿਚਾਰ ਚਰਚਾ ਖੁੱਲ੍ਹ ਕੇ ਹੋਈ ਆ, ਜੋ ਇਹਨਾਂ ਪ੍ਰਤੀ ਸ਼ਬਦਾਵਲੀ ਵਰਤੀ ਗਈ ਤੁਹਾਨੂੰ ਲੱਗਦਾ ਵੀ ਅਜਿਹਾ ਹੋਣਾ ਚਾਹੀਦਾ ਸੀ? ਨਹੀਂ ਵੇਖੋ, ਮਹਾਰਾਜ ਦੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦੇ ਬਚਨ ਹੈ ਵੀ ਸਿੱਖ ਦੀ ਪਾਣੀ 'ਤੇ ਲਕੀਰ ਹੋਣੀ ਚਾਹੀਦੀ ਹੈ, ਵੀ ਜੇ ਸਵੇਰੇ ਸਿੱਖ ਦਾ ਸਿੱਖ ਦੇ ਨਾਲ ਝਗੜਾ ਹੋਇਆ ਤਾਂ ਸ਼ਾਮ ਤੱਕ ਉਸ ਨੂੰ ਮਿਟਾ ਕੇ ਫਿਰ ਅੰਨ ਪਾਣੀ ਲੰਗਰ ਪਾਣੀ ਛਕਣਾ ਚਾਹੀਦਾ। ਜਿਸ ਤਰ੍ਹਾਂ ਪਾਣੀ 'ਤੇ ਲਕੀਰ ਤੁਸੀਂ ਵੇਖਿਆ ਹੋਊਗਾ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਠੀਕਰੀਆਂ ਲਈਆਂ, ਘੜਾ ਤੋੜ ਕੇ ਠੀਕਰੀਆਂ ਬਣਾਈਆਂ, ਉਹ ਪਾਣੀ 'ਤੇ ਮਾਰੀਆਂ, ਉਹ ਲਕੀਰ ਬਣਦੀ ਉਸੇ ਵੇਲੇ ਖਤਮ ਹੋ ਜਾਂਦੀ। ਉਹ ਆਧਾਰਨ ਦੇ ਕੇ ਸਤਿਗੁਰਾਂ ਨੇ ਆਪਾਂ ਨੂੰ ਸਮਝਾਇਆ ਸੀ। ਬਾਕੀ ਜਿਹੜੀ ਗੰਦੀ ਸ਼ਬਦਾਵਲੀ ਆ ਇਹ ਤਾਂ ਸਾਡੀਆਂ ਵੱਡੀਆਂ ਸ਼ਖਸੀਅਤਾਂ ਮਾਣਯੋਗ ਸ਼ਖਸੀਅਤਾਂ ਸਿੰਘ ਸਾਹਿਬਾਨ ਹਨ, ਜਿਹੜਾ ਆਮ ਸਿੱਖ ਆ ਉਸ ਦੇ ਬਾਰੇ ਵੀ ਨਹੀਂ ਬੋਲਣਾ ਚਾਹੀਦਾ, ਕੋਈ ਗਲਤ ਕਿਸੇ ਦੇ ਵੀ ਕਿਸੇ ਦੀ ਸ਼ਾਨ ਦੇ ਖਿਲਾਫ਼ ਵੀ ਨਹੀਂ ਬੋਲਣਾ ਚਾਹੀਦਾ। ਸ਼੍ਰੋਮਣੀ ਕਮੇਟੀ ਵੱਲੋਂ ਅਸਤੀਫਾ ਨਾਮਨਜ਼ੂਰ ਕਰ ਦਿੱਤਾ ਗਿਆ ਹੈ, ਤੁਹਾਡੀ ਗੱਲ ਹੋਈ ਇਸ ਵਿਸ਼ੇ ਦੇ ਉੱਪਰ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਤਾਂ ਨਾਮਨਜ਼ੂਰ ਕੀਤਾ ਹੀ ਆ, ਕਿਸੇ ਵੀ ਜਿਹੜਾ ਦਮਾਣਾ ਸਿੱਖ ਹੈ ਨਾ ਉਸ ਤੋਂ ਲੈ ਕੇ ਪੂਰੇ ਜਿਹੜੀਆਂ ਜਥੇਬੰਦੀਆਂ ਹਨ ਸੰਪਰਦਾਵਾਂ ਸਾਰਿਆਂ ਵੱਲੋਂ ਹੀ ਇਹ ਨਾਮਨਜ਼ੂਰ ਆ। ਸਿੰਘ ਸਾਹਿਬ ਜੀ ਨੂੰ ਸਾਰੇ ਬੇਨਤੀਆਂ ਕਰ ਰਿਹਾ ਵੀ ਤੁਸੀਂ ਸੇਵਾ ਜਿਹੜੀ ਆ ਉਹ ਜਾਰੀ ਰੱਖੋ। ਧੰਨਵਾਦ। ਧੰਨਵਾਦ। ਇਹ ਜੀ ਵਿਚਾਰ ਚਰਚਾ ਹੋਈ ਹੈ। ਵਾਹਿਗੁਰੂ ਜੀ ਕਾ ਖਾਲਸਾ ਜੀ ਫਤਿਹ। ਦਾਸ ਸਮੁੱਚੇ ਨਿਹੰਗ ਸਿੰਘ ਦਲਾਂ ਪੰਥਾਂ ਵੱਲੋਂ ਸਿੰਘ ਸਾਹਿਬ ਜਹੇਦਾਰ ਬਾਬਾ ਬਲਵੀਰ ਸਿੰਘ ਜੀ ਮੁਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਉਹਨਾਂ ਦੇ ਵੱਲੋਂ ਨੁਮਾਇੰਦਾ ਬਣ ਕੇ ਸਿੰਘ ਸਾਹਿਬਾਨ ਜੀ ਨਾਲ ਮੁਲਾਕਾਤ ਕਰਨ ਵਾਸਤੇ ਆਏ ਹਾਂ। ਜੋ ਬਾਬਾ ਜੀ ਨੇ ਹੁਕਮ ਕੀਤਾ ਸੀ ਵੀ ਸਾਰੇ ਦਲਾਂ ਪੰਥਾਂ ਵੱਲੋਂ ਸਿੰਘ ਸਾਹਿਬ ਜੀ ਨਾਲ ਜਾ ਕੇ ਮੁਲਾਕਾਤ ਕਰਕੇ ਉਹਨਾਂ ਨੂੰ ਇਹ ਬਚਨ ਕੀਤੇ ਜਾਣ ਕਿ ਤੁਸੀਂ ਜਿਹੜੀ ਤੁਹਾਡੀ ਸੇਵਾ ਲੱਗੀ ਹੋਈ ਹੈ ਉਹ ਸੇਵਾ ਕਰਦੇ ਰਹੋ। ਜਿੱਥੇ ਕਿਤੇ ਦਿੱਕਤ ਆਉਂਦੀ ਹੈ ਸਮੁੱਚਾ ਨਿਹੰਗ ਸਿੰਘਾਂ ਦੇ ਦਲਾਂ ਪੰਥਾਂ ਦਾ ਪੰਥ ਇਹਨਾਂ ਦੇ ਨਾਲ ਖੜਾ ਵਾ ਅਤੇ ਅਸੀਂ ਤਗੜੇ ਹੋ ਕੇ ਇਹਨਾਂ ਦੇ ਨਾਲ ਜਿੱਥੇ ਵੀ ਸਾਡੇ ਸਹਿਯੋਗ ਦੀ ਲੋੜ ਹੋਊਗੀ ਕਰਾਂਗੇ। ਬਾਬਾ ਜੀ ਵਿਚਾਰ ਚਰਚਾ ਖੁੱਲ੍ਹ ਕੇ ਹੋਈ ਆ, ਜੋ ਇਹਨਾਂ ਪ੍ਰਤੀ ਸ਼ਬਦਾਵਲੀ ਵਰਤੀ ਗਈ ਤੁਹਾਨੂੰ ਲੱਗਦਾ ਵੀ ਅਜਿਹਾ ਹੋਣਾ ਚਾਹੀਦਾ ਸੀ? ਨਹੀਂ ਵੇਖੋ, ਮਹਾਰਾਜ ਦੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦੇ ਬਚਨ ਹੈ ਵੀ ਸਿੱਖ ਦੀ ਪਾਣੀ 'ਤੇ ਲਕੀਰ ਹੋਣੀ ਚਾਹੀਦੀ ਹੈ, ਵੀ ਜੇ ਸਵੇਰੇ ਸਿੱਖ ਦਾ ਸਿੱਖ ਦੇ ਨਾਲ ਝਗੜਾ ਹੋਇਆ ਤਾਂ ਸ਼ਾਮ ਤੱਕ ਉਸ ਨੂੰ ਮਿਟਾ ਕੇ ਫਿਰ ਅੰਨ ਪਾਣੀ ਲੰਗਰ ਪਾਣੀ ਛਕਣਾ ਚਾਹੀਦਾ। ਜਿਸ ਤਰ੍ਹਾਂ ਪਾਣੀ 'ਤੇ ਲਕੀਰ ਤੁਸੀਂ ਵੇਖਿਆ ਹੋਊਗਾ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਠੀਕਰੀਆਂ ਲਈਆਂ, ਘੜਾ ਤੋੜ ਕੇ ਠੀਕਰੀਆਂ ਬਣਾਈਆਂ, ਉਹ ਪਾਣੀ 'ਤੇ ਮਾਰੀਆਂ, ਉਹ ਲਕੀਰ ਬਣਦੀ ਉਸੇ ਵੇਲੇ ਖਤਮ ਹੋ ਜਾਂਦੀ। ਉਹ ਆਧਾਰਨ ਦੇ ਕੇ ਸਤਿਗੁਰਾਂ ਨੇ ਆਪਾਂ ਨੂੰ ਸਮਝਾਇਆ ਸੀ। ਬਾਕੀ ਜਿਹੜੀ ਗੰਦੀ ਸ਼ਬਦਾਵਲੀ ਆ ਇਹ ਤਾਂ ਸਾਡੀਆਂ ਵੱਡੀਆਂ ਸ਼ਖਸੀਅਤਾਂ ਮਾਣਯੋਗ ਸ਼ਖਸੀਅਤਾਂ ਸਿੰਘ ਸਾਹਿਬਾਨ ਹਨ, ਜਿਹੜਾ ਆਮ ਸਿੱਖ ਆ ਉਸ ਦੇ ਬਾਰੇ ਵੀ ਨਹੀਂ ਬੋਲਣਾ ਚਾਹੀਦਾ, ਕੋਈ ਗਲਤ ਕਿਸੇ ਦੇ ਵੀ ਕਿਸੇ ਦੀ ਸ਼ਾਨ ਦੇ ਖਿਲਾਫ਼ ਵੀ ਨਹੀਂ ਬੋਲਣਾ ਚਾਹੀਦਾ। ਸ਼੍ਰੋਮਣੀ ਕਮੇਟੀ ਵੱਲੋਂ ਅਸਤੀਫਾ ਨਾਮਨਜ਼ੂਰ ਕਰ ਦਿੱਤਾ ਗਿਆ ਹੈ, ਤੁਹਾਡੀ ਗੱਲ ਹੋਈ ਇਸ ਵਿਸ਼ੇ ਦੇ ਉੱਪਰ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਤਾਂ ਨਾਮਨਜ਼ੂਰ ਕੀਤਾ ਹੀ ਆ, ਕਿਸੇ ਵੀ ਜਿਹੜਾ ਦਮਾਣਾ ਸਿੱਖ ਹੈ ਨਾ ਉਸ ਤੋਂ ਲੈ ਕੇ ਪੂਰੇ ਜਿਹੜੀਆਂ ਜਥੇਬੰਦੀਆਂ ਹਨ ਸੰਪਰਦਾਵਾਂ ਸਾਰਿਆਂ ਵੱਲੋਂ ਹੀ ਇਹ ਨਾਮਨਜ਼ੂਰ ਆ। ਸਿੰਘ ਸਾਹਿਬ ਜੀ ਨੂੰ ਸਾਰੇ ਬੇਨਤੀਆਂ ਕਰ ਰਿਹਾ ਵੀ ਤੁਸੀਂ ਸੇਵਾ ਜਿਹੜੀ ਆ ਉਹ ਜਾਰੀ ਰੱਖੋ। ਧੰਨਵਾਦ। ਧੰਨਵਾਦ।